अस्सलाम वालेकुम जी गुरु प्यारी संगत जी, वेलकम बैक। ਅਸੀਂ ਫਿਰ ਦੁਬਾਰਾ ਆ ਚੁੱਕੇ ਹਾਂ ਦਰਵਾਜ਼ਾ ਕਰਤਾਰਪੁਰ ਵਿਖੇ। ਤੁਸੀਂ ਇਸ ਵੇਲੇ ਦੇਖ ਰਹੇ ਹੋ ਅਸੀਂ ਲਾਇਬ੍ਰੇਰੀ ਦੇ ਵਿੱਚ ਪਹੁੰਚੇ ਹਾਂ, ਜਿੱਥੇ ਇੱਕ ਧਾਰਮਿਕ ਕਹਿ ਲਵੋ ਤੁਸੀਂ ਕਿ ਲੋਕਾਂ ਦੀਆਂ ਜੁੜੀਆਂ ਹੋਈਆਂ ਨੇ ਵਿਵਸਥਕੀਆਂ ਇਮੋਸ਼ਨਸ ਜੁੜੇ ਹੋਏ ਨੇ, ਉਹਦੇ ਨਾਲ ਦੀ ਨਾਲ ਹੀ ਖਾਲਸਾ ਪੰਥ ਦੇ ਬੱਚਿਆਂ ਨੂੰ ਐਜੂਕੇਟ ਕਰਨ ਦਾ ਵੀ ਪ੍ਰੋਗਰਾਮ ਗਵਰਨਮੈਂਟ ਆਫ ਪਾਕਿਸਤਾਨ ਨੇ ਬਣਾਇਆ, ਜਿਹਦੇ ਵਿੱਚ ਇਹ ਸਮਾਰਟ ਲਾਇਬ੍ਰੇਰੀ ਜਿਹੜੀ ਹੈ ਉਹ ਬਣਾਈ ਜਾ ਰਹੀ ਹੈ। ਇਹਦੇ 'ਚ ਕੰਪਿਊਟਰਾਈਜ਼ ਸਾਰਾ ਪੂਰਾ ਸਿਸਟਮ ਹੋਏਗਾ, ਬੁੱਕਸ ਵੀ ਹੋਣਗੀਆਂ ਔਰ ਨਾਲ ਦੀ ਨਾਲ ਹੀ ਪਾਰਟੀ ਸਿੰਘਾਂ ਦੇ ਕਮਰੇ ਵੀ ਅਲੱਗ ਬਣੇ ਹੋਏ ਨੇ। ਅਸੀਂ ਤੁਹਾਨੂੰ ਪਾਰਟੀ ਸਿੰਘਾਂ ਦੇ ਰੂਮ ਦਿਖਾਵਾਂਗੇ, ਉਹਨਾਂ ਦੇ ਬੈਡਸ ਤਿਆਰ ਹੋ ਚੁੱਕੇ ਨੇ, ਉਹਨਾਂ ਦੇ ਕਬਰਸ ਤਿਆਰ ਹੋ ਚੁੱਕੀਆਂ ਨੇ, ਗੁਟਕਾ ਸਾਹਿਬ ਰੱਖਣ ਵਾਸਤੇ ਜਿਹੜੀ ਹੈ ਉਹ ਅਲਮਾਰੀਆਂ ਤਿਆਰ ਹੋ ਚੁੱਕੀਆਂ ਨੇ, ਉਹਨਾਂ ਦੇ ਰਹਿਣ ਦੇ ਜਿਹੜੇ ਕੱਪੜੇ ਕੁੱਪੜੇ ਸੰਭਾਲਣ ਵਾਸਤੇ ਉਹ ਅਲਮਾਰੀ ਜਿਹੜੀਆਂ ਨੇ ਤਿਆਰ ਹੋ ਚੁੱਕੀਆਂ ਨੇ। ਇੰਜੀਨੀਅਰ ਸਾਹਿਬ ਤੁਸੀਂ ਦਰਵਾਜ਼ਿਆਂ ਬਾਰੇ ਮੈਨੂੰ ਤੁਸੀਂ ਦੱਸਿਆ ਸੀ ਕਿ ਤੁਸੀਂ ਮਹਿੰਗੇ ਤਰੀਨ ਦਰਵਾਜ਼ੇ ਯੂਜ ਕਰ ਰਹੇ ਹੋ, ਕੁਛ ਪਿੱਛੋਂ ਤੁਸੀਂ ਬੋਲੋ ਇਹਦੇ ਮੁਤਲਕ ਜ਼ਰਾ ਦਰਵਾਜ਼ੇ ਦੱਸੋ ਜੀ। ਅਤੇ ਇਹ ਖਾਸ ਕਿਸਮ ਦੇ ਦਰਵਾਜ਼ੇ ਜੀ ਤਿਆਰ ਕੀਤੇ ਗਏ, ਸਪੈਸ਼ਲ ਇੰਪੋਰਟੈਂਟ ਲੱਕੜੀ ਕੇ ਦਰਵਾਜ਼ੇ ਹੈ ਔਰ ਇਨਕੀ ਕਾਸਟ ਜੋ ਸੀ ਹੈ 1,25,000 ਦਾ 1 ਕਰੋੜ ਹੈ, ਸਵਾ ਲੱਖ ਦਾ 1 ਕਰੋੜ ਔਰ ਸਾਰਾ ਇੰਪੋਰਟਡ ਹੈ, ਸਾਰਾ ਇੰਪੋਰਟਡ ਹੈ, ਲੋਕਲ ਸਟਾਫ ਨਹੀਂ ਹੈਗਾ। ਲੋਕਲ ਸਟਾਫ ਇਸ ਲਈ ਇਹਨਾਂ ਇੰਜੀਨੀਅਰ ਸਾਹਿਬ ਨੂੰ ਨਾਲ ਲਿਆ ਹੋਇਆ ਹੈ ਤਾਂ ਕਿ ਆਪਾਂ ਉਹ ਗੱਲ ਕਰੀਏ ਜਿਹੜੀ ਕਿ ਅਥੈਂਟਿਕ ਹੈ। ਸੋ ਇੱਕ ਇੱਕ ਦਰਵਾਜ਼ਾ ਜਿਹੜਾ ਲੱਗ ਰਿਹਾ ਮੇਨ ਜਿਹੜੇ ਚੈਂਬਰ ਨੇ 1,55,000 ਦਾ 1 ਦਰਵਾਜ਼ਾ, ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਪ੍ਰੋਜੈਕਟ ਦੀ ਕਾਸਟ ਕਿੰਨੀ ਵੱਡੀ ਹੋਏਗੀ। ਆਓ ਥੋੜ੍ਹਾ ਜਿਹਾ ਮੇਰਾ ਦਿਖਾਓ ਜੀ ਕਿ ਜਿਹੜੇ ਬਣ ਰਹੇ ਨੇ ਮੇਰਾ ਵੀ ਖਾਸ ਜਿਹੜੇ ਨੇ ਕਿ ਤਾਂ ਕਿ ਇਹਨਾਂ ਨੂੰ ਟਰਮਾਈਟ ਵਗੈਰਾ ਨਾ ਲੱਗੇ ਔਰ ਉਸ ਤਰ੍ਹਾਂ ਦੇ ਉਹ ਨਾਲ ਹੀ ਨਾਲ ਸਿਟਿੰਗ ਜਿਹੜੀਆਂ ਚੇਅਰਸ ਵਗੈਰਾ ਵੀ ਜਿਹੜੀਆਂ ਨੇ ਉਹ ਵੀ ਰੈਡੀ ਨੇ। ਇਹਦਾ ਮਤਲਬ ਹੈ ਕਿ ਸਿਰਫ ਖਾਨ ਸਾਹਿਬ ਨੇ ਇੱਥੇ ਆਉਣਾ, ਪੀ ਐਮ ਸਾਹਿਬ ਨੇ ਜਦੋਂ ਕਿ ਉਸ ਵੇਲੇ ਐਵਰੀਥਿੰਗ ਇਜ਼ ਰੈਡੀ ਹੋਣੀ ਹੈ, ਸਭ ਕੁਛ ਰੈਡੀ ਹੋਣਾ ਹੈ, ਉਹ ਸਿਰਫ ਜਸਟ ਉਹਨਾਂ ਨੇ ਉਦਘਾਟਨ ਕਰਨਾ ਹੈ, ਉਹਨਾਂ ਨੇ ਓਪਨਿੰਗ ਕਰਨੀ ਹੈ। ਦੈਟਸ ਗ੍ਰੇਟ, ਬਹੁਤ ਹੀ ਵਧੀਆ ਲੱਗ ਰਿਹਾ ਮੈਨੂੰ ਦੇਖ ਕੇ, ਇੰਨੀ ਤੇਜ਼ੀ ਨਾਲ ਹੋ ਰਿਹਾ, ਇੰਨਾ ਵੱਡਾ ਪ੍ਰੋਜੈਕਟ 10 ਮੰਥਸ ਦੇ ਵਿੱਚ। ਥੈਂਕਸ ਟੂ ਐਵਰੀਵਨ, ਥੈਂਕਸ ਟੂ ਕੰਸਟਰਕਸ਼ਨ ਟੀਮ, ਥੈਂਕਸ ਟੂ ਲਾਇਬ੍ਰੇਰੀ ਹੈ ਜੀ, ਸਮਾਰਟ ਲਾਇਬ੍ਰੇਰੀ ਬਣ ਰਹੀ ਹੈ ਔਰ ਲਾਇਬ੍ਰੇਰੀ ਆਪਾਂ ਕਹਿ ਲਈਏ ਕਿ ਕੁਛ ਵਗੈਰਾ ਵੀ ਹੋ ਗਈ ਔਰ ਸਾਫ ਕਿਹਾ ਤਾਂ ਜੀ ਆਪਣੇ ਬਤਾਇਆ ਮਿਊਜ਼ੀਅਮ, ਹਾਂ ਜੀ ਜੀ ਖਾਲਸਾ ਮਿਊਜ਼ੀਅਮ ਵੀ ਹੋਏਗਾ ਜੀ ਅੱਜ ਦੀ ਬਜੇ। ਸੋ ਸਾਡੇ ਨਾਲ ਅਮੈਟਿਵ ਆਇਓ ਸਾਈ ਸੰਗਤ ਵੀ ਹੈ, ਅਸੀਂ ਉਹਨਾਂ ਦੇ ਬਾਰੇ ਔਰ ਨਾਲ ਦੀ ਨਾਲ ਤੁਹਾਨੂੰ ਇਹ ਦੱਸ ਰਹੇ ਹਾਂ ਕਿ ਫਾਈਨਲ ਟੱਚਿਸ ਵੀ ਪੂਰੇ ਹੋ ਗਏ ਨੇ, ਫਰਨੀਚਰ ਵੀ ਆ ਚੁੱਕਿਆ ਹੈ, ਹਰ ਚੀਜ਼ ਰੱਖੀ ਹੋਈ ਹੈ, ਦਰਵਾਜ਼ੇ ਦਾ ਤੁਹਾਨੂੰ ਦੱਸ ਰਿਹਾ ਕਿ ਕਿੰਨਾ ਹੈਵੀ ਟੱਚਿਸ ਜਿਹੜੀ ਹੈ ਉਹ ਚੱਲ ਰਹੀ ਹੈ। ਸਾਡੇ ਨਾਲ ਇੰਡਸ ਹੈਰੀਟੇਜ ਕਲੱਬ, ਇੱਕ ਪਾਸੇ ਪਾਕਿਸਤਾਨ ਹੈਰੀਟੇਜ ਕਲੱਬ ਔਰ ਇੱਕ ਪਾਸੇ ਇੰਡਸ ਹੈਰੀਟੇਜ ਕਲੱਬ, ਯਾਨੀ ਕਿ ਅਸੀਂ ਕੰਬਾਈਂਡ ਇੰਡਸ ਹੈਰੀਟੇਜ ਕਲੱਬ ਦੇ ਹਾਂ। ਜਹਾਂ ਦਾਸ ਸਾਹਿਬ ਨੇ ਇਹ ਪਿਟ੍ਰਿਕ ਕਲੈਮ ਕੀਤਾ ਹੈ, ਸਿੱਖ ਫਾਊਂਡੇਸ਼ਨ ਯੂ ਐਸ ਏ ਸਾਡੇ ਕੋਲ ਆਈ ਵੀ ਹੈ, ਮਤਲਬ ਕੋਨਸੈਪਟ ਕਹਿ ਰਹੇ ਤੁਸੀਂ ਯਾਰ ਸਾਰੇ ਗੁਰਮਤ ਦਾ ਸਟਾਈਲ ਹੋ ਗਈ ਹੈ ਪ੍ਰਾਪਤ ਹੋ ਗਿਆ ਕਰਕੇ ਛੋਟੀ ਜਿਹੀ ਡਿਮਾਂਡ ਸਾਡੇ ਕੋਲ ਚੀਜ਼ ਜਿਹੜੀ ਹੈ ਉਹ ਡਿਫਰੈਂਟ ਜਾਣੇ ਕਰਾਵੇ। ਇਹ ਰਗੜਾਈ ਦੀ ਜੀ ਫਾਈਨਲ ਨੇੜ ਆ ਰਹੀ ਹੈ, ਬਿਲਕੁਲ ਫਾਈਨਲ ਸਟੇਜ ਤੇ ਰਗੜਾਈ ਹੋ ਰਹੀ ਹੈ, ਇਨਸ਼ਾਅੱਲਾ ਪੋਲਿਸ਼ਿੰਗ ਹੋ ਰਹੀ ਹੈ, ਇਹ ਇਸ ਮਹੀਨੇ ਦੇ ਵਿੱਚ ਐਂਡ ਤੱਕ ਇਨਸ਼ਾਅੱਲਾ ਕੰਪਲੀਟ ਹੋ ਜਾਏਗੀ। ਇਹ ਗੁਰਦੁਆਰੇ ਦੀ ਬਿਲਡਿੰਗ ਤੋਂ ਚਾਰੋਂ ਤਰਫ 1,000 ਫੁੱਟ ਬਿਲਕੁਲ ਖਾਲੀ ਰੱਖਿਆ ਗਿਆ, ਇਤਨੀ ਸਪੇਸ ਦਿੱਤੀ ਗਈ ਹੈ ਕਿ ਜਿੰਨੇ ਵੀ ਲੋਕ ਆਣ ਈਜ਼ੀਲੀ ਇਸ ਪ੍ਰੋਜੈਕਟ ਦੇ ਉੱਤੇ ਜਾਂ ਈਜ਼ੀਲੀ ਇਸ ਯਾਰਡ ਵਿੱਚ ਸਮਾ ਸਕਣ, ਆਪਣੀ ਮਜ਼ਬੀ ਇਬਾਦਤ ਕਰ ਸਕਣ। ਇਹ ਤੋਂ ਬਿਲਕੁਲ ਮਾਰਬਲ ਦੀ ਪੋਲਿਸ਼ ਜਿਹੜੀ ਹੈ ਲਾਸਟ ਸਟੇਜ ਤੇ ਇਮਾਮ ਗੁੰਬਦ ਇੰਸਟਾਲ ਹੋ ਚੁੱਕੇ ਨੇ, ਫਿਨਿਸ਼ਿੰਗ ਹੋ ਰਹੀ ਹੈ, ਬਿਲਕੁਲ ਆਖਰੀ ਲਾਸਟ ਟਚਿੰਗ ਹੋ ਰਹੀ ਹੈ। ਇਹ ਜੀ ਖੂਹ ਸਾਹਿਬ ਜਿੱਥੋਂ ਬਾਬਾ ਜੀ ਨੇ ਖੁਦ ਪਾਣੀ ਪੀਤਾ, ਸਾਰਿਆਂ ਨੂੰ ਪਿਲਾਇਆ। ਗੁਰਦੁਆਰੇ ਦੀ ਬਿਲਡਿੰਗ ਦੇ ਵੀ ਲਾਸਟ ਫਾਈਨਲ ਟਚਿੰਗ ਹੋ ਰਹੇ ਨੇ, ਫਿਨਿਸ਼ਿੰਗ ਕੀਤੀ ਜਾ ਰਹੀ ਹੈ, ਪੇਂਟ ਕੀਤਾ ਜਾ ਰਿਹਾ, ਜਿਹੜੀ ਜਗ੍ਹਾ ਬਚ ਗਈ ਹੈ। ਇਸ ਬਿਲਡਿੰਗ ਨੂੰ ਬਿਲਕੁਲ ਹੀ ਵੈਸੇ ਰੱਖਿਆ ਗਿਆ ਜਿਸ ਤਰ੍ਹਾਂ ਸਹੀ, ਸਿਰਫ ਇਸ ਦੀ ਖੂਬਸੂਰਤੀ ਕੀ ਗਈ ਹੈ, ਇਹਨੂੰ ਸੁੰਦਰਤਾ ਕੀਤੀ ਗਈ ਇਹਦੇ। ਇਹ ਜੀ ਉਹ ਮੁਕਾਮ ਹੈ ਜਿੱਥੇ ਬਾਬਾ ਜੀ ਦੀ ਚਾਦਰ ਅਤੇ ਫੁੱਲਾਂ ਦੀ ਕਬਰ ਬਣਾਈ ਗਈ ਸੀ, ਇਹ ਜਿਹੜੀ ਮੁਸਲਮਾਨ ਭਾਈਆਂ ਦੀ ਤਰਫੋਂ ਬਣਾਇਆ ਗਿਆ ਸੀ, ਇਹ ਉਹ ਮੁਕਾਮ ਹੈ। ਬਾਬਾ ਜੀ ਦੀ ਚਾਦਰ ਨੂੰ ਫੁੱਲਾਂ ਨੂੰ ਦੋ ਹਿੱਸਿਆਂ 'ਚ ਡਿਵਾਈਡ ਕੀਤਾ ਗਿਆ ਸੀ, ਇੱਕ ਸਾਡੇ ਸਿੱਖਾਂ ਭਾਈਆਂ ਨੇ ਉਹਨਾਂ ਦੀ ਸਮਾਧੀ ਬਣਾਈ ਅਤੇ ਦੂਸਰੇ ਮੁਸਲਮਾਨ ਭਾਈਆਂ ਨੇ ਇਸ ਜਗ੍ਹਾ 'ਤੇ ਉਹਨਾਂ ਦੀ ਕਬਰ ਬਣਾਈ। ਤੁਸੀਂ ਦੇਖ ਲਿਓ ਉਸਦੀ ਬਿਲਡਿੰਗ ਨੂੰ ਵੀ ਖੂਬਸੂਰਤ ਕਰ ਦਿੱਤਾ ਗਿਆ, ਬਿਲਕੁਲ ਹੀ ਵਿੱਚ ਝੂਮਰ ਲਗਾ ਦਿੱਤਾ ਗਿਆ, ਉਹ ਜਿਹੜੀ ਸਮਾਧੀ ਹੈ ਉਹ ਅੰਦਰ ਸਾਈਡ ਹੁੰਦੀ, ਤੁਹਾਨੂੰ ਦਰਸ਼ਨ ਕਰਵਾਉਣੇ ਆ ਗੁਰਦੇਵ ਤੱਕ। ਲਓ ਜੀ ਦੀਵਾਨਸਥਾਨ ਦਾ ਫਾਈਨਲ ਗੁੰਬਦ ਜਿਹੜੀ ਹੈ ਉਹਦੀ ਪਲੇਸਮੈਂਟ ਤਾਂ ਹੋ ਗਈ ਹੈ, ਲੇਕਿਨ ਹੁਣ ਉਹਦੀ ਕਲਗੀ ਜਿਹੜੀ ਆ ਉੱਤੇ ਉਹ ਲੱਗ ਰਹੀ ਹੈ।
ਠੀਕ ਹੈ ਜੀ। ਗੁਰੂ ਪਿਆਰ ਸੰਗਤ ਜੀ, ਦੇਖੋ ਤੁਸੀਂ, ਅਸੀਂ ਜਦੋਂ ਤੁਹਾਨੂੰ ਲਾਸਟ ਵੀਡੀਓ ਦਿਖਾਈ ਹੈ 2 ਦਿਨ ਪਹਿਲੇ, ਤੇ ਉਹਦੇ ਉੱਤੇ ਤੁਸੀਂ ਦੇਖਿਆ ਕਿ ਇੱਕ ਗੁੰਬਦ ਰੱਖਿਆ ਹੋਇਆ ਸੀ, ਲੈਫਟ ਸਾਈਡ ਵਾਲਾ ਕਰੇਨ ਰੱਖ ਰਹੀ ਸੀ। ਹੁਣ ਛੋਟੇ ਵੱਡੇ ਗੁੰਬਦ ਵੀ ਪੂਰੇ ਹੋ ਚੁੱਕੇ ਨੇ, ਔਰ ਸੈਂਟਰ ਗੁੰਬਦ ਜਿਹੜਾ ਮੇਨ ਦਿਵਾਨ ਸਥਾਨ ਦਾ ਉਹ ਵੀ ਪੂਰਾ ਹੋ ਚੁੱਕਿਆ। ਪਾਕਿਸਤਾਨ ਦਾ ਸਭ ਤੋਂ ਉੱਚਾ ਨਿਸ਼ਾਨ ਸਾਹਿਬ ਜੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਆਹ ਜੀ ਹਿਸਟੋਰੀਕਲ ਜਿਹੜਾ ਇਹਦਾ ਸਟੋਨ ਗੇਟ ਲੱਗਾ ਹੋਇਆ ਪੁਰਾਣੇ ਦਰਬਾਰ ਸਾਹਿਬ ਦਾ, 1920 ਤੋਂ ਲੈ ਕੇ 1929 ਦੇ ਵਿੱਚ ਮਹਾਰਾਜਾ ਗੋਬਿੰਦਰਾ ਦੇ ਹੱਥੋਂ ਨੀਂਹ ਪੱਥਰ ਰੱਖਿਆ ਗਿਆ ਸੀ। ਆਓ ਜੀ। ਅੱਛਾ ਜੀ, ਇਹ ਦਰਬਾਰ ਸਾਹਿਬ ਹੈ ਗੁਰੂ ਤੇਗ ਸੰਗਤ ਜੀ, ਇਹ ਤੁਸੀਂ ਦੇਖੋ ਬਾਬਾ ਜੀ ਦਾ ਦਰਬਾਰ ਹੈ। ਕਿਉਂਕਿ ਇਹ ਗਰੀਬ ਹੈ, ਜਿਹੜੇ ਮੁਸਲਿਮ ਵੀਰ ਸਨ ਉਹਨਾਂ ਨੇ ਜਿਹੜੀ ਕਬਰ ਬਣਾਈ ਸੀਗੀ ਉਹਨਾਂ ਦੀ, ਉਹ ਪੂਰੇ ਫੁੱਲ ਦਫਨਾਏ ਸੀਗੇ, ਉਹ ਇਸ ਜਗ੍ਹਾ ਦੇ ਸਨ, ਤੇ ਇੱਥੋਂ ਠੀਕ 15 ਫੁੱਟ ਦੇ ਫਾਸਲੇ ਦੇ ਉੱਤੇ ਨਾਲ ਹੀ ਸਮਾਪਤ ਵੀ ਹੈ ਬਾਬਾ ਜੀ। ਸਮਾਧ ਹੈ ਜੀ ਬਾਬਾ ਜੀ ਦੀ, ਫਿਨਿਸ਼ਿੰਗ ਹੋ ਰਹੀ ਹੈ, ਰਗੜਾਈ ਹੋ ਰਹੀ ਹੈ ਮਾਰਬਲ ਦੀ। ਸਾਡੀ ਸੰਗਤ ਜਿਹੜੀ ਅਮੈਰੀਕਨ ਸੰਗਤ ਹੈ ਉਹ ਪਹੁੰਚ ਗਈ ਹੈ। ਇਹ ਬਾਬਾ ਜੀ ਦੀ ਸਮਾਧ ਹੈ ਜੀ, ਜਿੱਥੇ ਕਿ ਉਸ ਵੇਲੇ ਸੰਗਤਾਂ ਨੇ ਸੰਸਕਾਰ ਕਰਕੇ ਉਸ ਚਾਦਰ ਨੂੰ, ਤੇ ਇਸ ਜਗ੍ਹਾ ਦੇ ਉੱਤੇ ਇਹ ਜੀ ਪਲੇਸ ਹੈ ਜਿੱਥੇ ਬਾਬਾ ਜੀ ਦੀ ਚਾਦਰ ਨੂੰ ਸੰਸਕਾਰ ਕਰਕੇ ਸਮਾਧ ਬਣਾਈ ਗਈ ਹੈ, ਉਹ ਜਗ੍ਹਾ। ਹੁਣ ਤੱਕ ਦੇ ਲਈ ਰੱਬ ਰੱਖਾ, ਫਿਰ ਮਿਲਦੇ ਹਾਂ ਥੋੜ੍ਹੀ ਦੇਰ। ਸੁਖ ਕਰ ਲੈ ਜਾਏ
ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਾਸਮਾਈ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇੱਕ ਤੇ ਉਚਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਤ ਨਾਵਾਂ ਏ ਤਿਸ ਪਾਵਾਂ ਬਿਨ ਪਾਵੇ ਕੇ ਨਾਈ ਕਰੀ ਜੇ ਵੀ ਸਿਰ ਤੋਂ ਪਾਈ ਵੇਖਾ ਬਿਨ ਕਰਮਾ ਕੇ ਮਿਲੇ ਨਹੀਂ ਮਤ ਵਿੱਚ ਰਤਨ ਦੁਆਰ ਮਾਈ ਜੇ ਇੱਕ ਮਿੱਠੀ ਸਿੱਖ ਸੁਣੀ ਗੁਰਾ ਇੱਕ ਤੇ ਉਚਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਆਵੇ ਤਾਂ ਬਾਤ ਨਾ ਪੁੱਛੇ ਕੇ ਕੀਤਾ ਅੰਦਰ ਕੀਤ ਕਰ ਦੋਸੀ ਦੋਸਤ ਕਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੂਝੇ ਜੇ ਤਿਸ ਗੁਣ ਕੋ ਦੇ ਕਰੇ ਸੁਣਿਆ ਸਿੱਧ ਪੀਰ ਸੁਨਾ ਸੁਣਿਆ ਤਤ ਤਵ ਆਕਾ ਸੁਣਿਆ ਦੀਪ ਲੋ ਪਾਤਾ ਸੁਣਿਆ ਕੋ ਨ ਸਕੇ ਕਾ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾ ਸੁਣਿਆ ਈਸ਼ਰ ਬ੍ਰਹਮਾ ਹੈ ਸੁਣਿਆ ਮੁਖ ਸਵਾਦ ਨਮਨ ਸੁਣਿਆ ਜੋਗ ਜਗਤ ਕੰਤੇ ਸੁਣਿਆ ਸਾਸ ਸਿਮਰ ਕੇ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸਤ ਲੋਕ ਗਿਆਨ ਸੁਣਿਆ ਅਸਤ ਕਾ ਨਿਸ਼ਨਾਮ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਓ ਸੁਣਿਆ ਸ਼ੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੇ ਰਾਓ ਸੁਣਿਆ ਹਾਥੋ ਵੇ ਹਸ ਗਾਓ ਨਾਨਕ ਭਗਤਾ ਸਦਾ ਵਿਗਾਸ ਥੋੜਾ ਉੱਚਾ ਮਨ ਮੇ ਸਤੁਪੰਕੀ ਸਾਧ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਹੋਏ ਮਨੇ ਮਾਰਗ ਠਾਕ ਨ ਪਾਏ ਮਨੇ ਪਾਸੋ ਪ੍ਰਗਟ ਜਾਏ ਮਨੇ ਮਨ ਨ ਚਲੇ ਪੰਥ ਮਨੇ ਕਰਮ ਸਿੱਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਹੋਏ ਮਨੇ ਪਾਵੇ ਮੋਖ ਦੁਆਰ ਮਨੇ ਪਰਵਾਰੇ ਸਾਧਾ ਮਨੇ ਤਰੇ ਤਰੇ ਗੁਰਸਿੱਖ ਮਨੇ ਨਾਨਕ ਭਵੇ ਨ ਪਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦੰਦੇ ਮਾਨ ਪੰਚੇ ਸੋਏ ਕਰ ਰਾਜਾਨ ਪੰਚਾ ਤਾਗੁਰ ਏਕ ਧਿਆਨ ਜੇ ਕੋ ਕਹੇ ਤੇਰੇ ਵਿਚਾਰ ਕਰਦੇ ਕਹਿ ਕਰਮੇ ਨਾਹੀ ਸਮਾਰ ਤੋਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੇ ਹੋਵੇ ਸੱਚਾਰ ਤਵਲੇ ਉਪਰ ਕੇ ਤਾ ਪਾਰ ਧਰਤੀ ਹੋਰ ਪਰੇ ਹੋਰ ਹੋਰ ਇਸੇ ਭਾਰਤ ਦੇ ਕਮਜ਼ੋਰ ਜੀ ਜਾਤ ਨੰਦਾ ਕੇ ਨਾਮ ਸਭਨਾ ਲਿਖਿਆ ਮੀ ਕਲਾ ਇਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੇ ਤਾ ਹੋਏ ਕੇ ਤਾ ਕਾਮ ਸਵਾਲਿਓ ਰੂ ਕੇ ਤੇ ਦਾ ਚਾਹੇ ਕੋ ਟੂ ਕਿੰਦਾ ਪਸਾਓ ਇਹ ਕੋ ਕੋ ਆਓ ਇਸਤੇ ਹੋਵੇ ਲਖ ਦਰਿਆਓ ਕੁਦਰਤ ਕਮਨ ਤਾਹਾਂ ਵਿਚਾਰ ਵਾਰੇ ਨ ਜਾਵਾਂ ਇੱਕ ਵਾਰ ਯੋਗ ਪਾਵੇ ਸਾਈਂ ਕਵਿਤਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਸੰਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਖੀ ਅਸੰਖ ਦਾਤਾ ਅਸੰਖ ਸੂਰ ਮੋਹ ਪਤ ਸਾਰ ਸੰਖ ਮੋਹ ਨਿਵਲਾਏ ਤਾਰ ਕੁਦਰਤ ਕਮਨ ਕਾਹਾਂ ਵਿਚਾਰ ਵਾਰਿਆ ਨ ਜਾਵਾਂ ਇੱਕ ਵਾਰ ਜੋਤਿਤ ਪਾਵੇ ਸਾਈਂ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗੜ ਵੱਡ ਹਟਿਆ ਕਮਾਏ
असंख पापी पाप कर जाए, असंख गुड़ियार कूड़े फिराए, संत मलेश मारी पत खाए, असंख निंदक सिर करे पार, नानक नीच करे विचार, वारे न जावा एक वार, जो तुझ पावे साईं परिकार, तू सदा सलामत निरंकार, असंख नाम असंख धाम, अगम अगम असंख लो, असंख कहे सिर पार होए, अखरी नाम अखरी साला, अखरी ज्ञान की ढूंढा, अखरी लिखन बोलन वान, अखरा सत्संग जो मुठिया, जिन्हें लिखे ते सुनाए, जे फरमाए ते कृपाए, जेता कीता तेता नाओ, निर्नावे नाही कोताओ, कुदरत कवन कहां विचार, वारे न जावा एक बार, जो तुझ पावे साईं परिकार, तू सदा सलामत निरंकार, पहिए हाथ पैर पंदे, पानी होते उदसके, भूत प्रीति कपड़ होए, बेसा भूलिए होते, पहिए मत पापा के संग, हो तो के नाम के रंग, पुन्नी पापी आखन नाई, कर कर करना लिख ले जाए, आपे बीज आपे ही खाए, नानक हुक्मे आवे जाए, तीर्थ तप दया दाता, जे को पावे दिल का मान, सुनिया मनिया मन की ताओ अंतर तीर्थ मन लाओ सब गुण तेरे में नाही होए बिन गुण की ते पगत न होए स्वस्थ वाली बनमाओ सत सुमान सलामत जाओ कमन सवेला वक्त कमन कमन हित कमन वार कमन सिरुति माह कमन जित हो आकार वेल न पाइए पंडती जे हो ले कुरान वक्त न पाइए कादिया जे लिखन ले कुरान तितवार न ज्योति जाने रुत मार न कोए जागरता सृष्टि को साचे आपे जाने सोए किधर आता किस सलाए किधर नहीं किस जाना नाम आपने सबको आके एक लो एक सियाना वड्डा साहिब वड्डी नाई कीता जाका होवे नानक जी को आपो जाने अगे गया न सोले पाताल पाताल लख अगासा आगास ओढ़ ओढ़ पाद कटे वेद कहन एक बार सहस अठारह कहन कटेबा असलो एक दात लेखा होए ता लिखिए लेखे होए विनाश नानक वड्डा आखिए आपे जाने आप साला ही साला एकी सुत न पाया नदिया अकेवा पे समुद न जानिए समुद सा सुल्तान गिरा सेती माल तन कीड़ी तुम न होगनी जेसुस मनो न मिसरे अंतमा सिक्ति क्या नाम अंतमा कवने दिया महां साहिब ऊंचा था ऊंचे ऊपर ऊंचा ना ए वड ऊंचा होवे कोई इस ऊंचे को जाने सोए जे वड आप चले आवी दात कंधे की दीला सारे ते कम जा नानक नावे बात सुना पाताल पाताल लख दस आगास ओढ़ ओढ़ पात के वेद Oh.
ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਆਪੇ ਹੀ ਪਉ ਪਾਏ ਦਾ ਪਿਆਰਾ